ਕਿਲੋ ਜਿਹੜਾ ਇੱਥੇ 20 ਰੁਪਏ ਕਿਲੋ ਵਿਕਦਾ ਆਮ ਬੰਦੇ ਦੀ ਰੋਟੀ ਜਿਹੜੀ ਆ ਉਹ ਕਿੱਕਰ 'ਤੇ ਟੰਗੀ ਹੋਈ ਆ ਅਸੀਂ ਕੋਈ ਹਫ਼ਤੇ ਦੀ ਜਿਹੜੀ ਸਬਜ਼ੀ ਉਹ 700-800 ਵਿੱਚ ਜਾਂ 500 ਰੁਪਏ 'ਚ ਲੈ ਲੈਂਦੇ ਸੀ ਹੁਣ ਇਹ 1000 ਰੁਪਏ ਤੱਕ ਚਲੀ ਜਾਂਦੀ ਆ 1200 ਤੱਕ ਚਲੀ ਜਾਂਦੀ ਆ ਹੋਰ ਕੀ ਕਰ ਸਕਦੇ ਹਾਂ ਦੇਖੋ ਪੇਟ ਤੋਂ ਪਾਲਣਾ ਹੈ ਨਾ ਪਹਿਲੇ ਦੁਕਾਨਾਂ ਸਾਡੀਆਂ ਭਰੀਆਂ ਹੁੰਦੀਆਂ ਸੀਗੀਆਂ ਹੁਣ ਅੱਜ ਕੱਲ੍ਹ 4 ਆਈਟਮਾਂ ਲਾ ਕੇ ਬੈਠੇ ਹੁੰਦੇ ਹਾਂ ਅਸੀਂ ਲੋਕਡਾਊਨ 4 ਕਰੋਨਾ ਦੀ ਮਾਰ ਸਬਜ਼ੀਆਂ 'ਤੇ ਵੀ ਭਾਰੀ ਪੈ ਗਈਆਂ ਨੇ ਕਿ ਇੰਨੇ ਕੁ ਰੇਟ ਵੱਧ ਗਏ ਨੇ ਕਿ ਲੋਕ ਵੀ ਉਹਨਾਂ ਨੂੰ ਸਬਜ਼ੀਆਂ ਨੂੰ ਲੈਣ ਨੂੰ ਕਤਰਾ ਰਹੇ ਨੇ ਇਸ ਕਰੋਨਾ ਦੇ ਟਾਈਮ ਵਿੱਚ ਲੋਕਾਂ ਨੂੰ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੀ ਸਬਜ਼ੀਆਂ ਦੇ ਰੇਟ ਵਧੇ ਨੇ ਕਿਹੜੀ ਸਬਜ਼ੀ ਦੇ ਕਿੰਨੇ ਰੇਟ ਵਧੇ ਨੇ ਆਈਏ ਜਾਣਦੇ ਆ ਲੋਕਾਂ ਤੋਂ ਜੱਟ ਜ਼ਿੰਮੇਦਾਰ ਅਸੀਂ ਆਦਮੀ ਹਾਂ ਸਬਜ਼ੀ ਕੋਈ ਮਹਿੰਗੀ ਨਹੀਂ ਮਹਿੰਗੀ ਹੈ ਸਰਕਾਰ ਦੀ ਅਤੇ ਇਹਨਾਂ ਵੇਚਣ ਵਾਲਿਆਂ ਨੇ ਕੀਤੀ ਆ ਅੱਜ ਜਿਵੇਂ ਅਸੀਂ 5 ਏਕੜ ਕੱਦੂ ਵੇਚਿਆ 5 ਰੁਪਏ ਕਿਲੋ ਜਿਹੜਾ ਇੱਥੇ 20 ਰੁਪਏ ਕਿਲੋ ਵਿਕਦਾ 5 ਤੋਂ 15 ਰੁਪਏ ਦਾ ਮਾਰਜਨ ਕੌਣ ਖਾਂਦਾ ਅਸੀਂ ਆਲੂ ਅੱਜ ਵੇਚੋ ਚੱਕੋ ਚੇ ਚੱਕਣੀਆਂ 1200 ਨੂੰ ਬੋਰੀ 1200 ਦੂਣੇ 2400 ਹੋ ਗਿਆ ਨਾ ਇੱਥੇ 35 ਰੁਪਏ ਕਿਲੋ ਆਲੂ ਵਿਕਦਾ ਕੱਦੂ 5 ਰੁਪਏ ਕਿਲੋ ਨੂੰ ਅਸੀਂ 5 ਏਕੜ ਕੱਦੂ ਵੇਚਿਆ ਜੀ ਜਿਹੜਾ ਇੱਥੇ 20 ਰੁਪਏ ਨੂੰ ਵਿਕਦਾ ਹਰਾ ਕੱਦੂ ਹੈਗਾ ਤੁਹਾਨੂੰ ਕੀ ਲੱਗਦਾ ਕਿ ਰੇਟ ਵਧਣ ਦਾ ਮੇਨ ਕਾਰਨ ਕੀ ਹੈ ਮੇਨ ਕਰਪਸ਼ਨ ਗੌਰਮੈਂਟ ਦੀ ਕਮਜ਼ੋਰੀ ਹੈ ਜਿਹੜੀ ਸਰਕਾਰ ਹੀ ਨਹੀਂ ਸਾਰੀ ਕੰਟਰੋਲ ਕਰ ਸਕਦੀ ਉਹਦਾ ਵਧਣ ਦਾ ਉਹਦਾ ਕਾਰਨ ਸਰ ਕਿਹੜੀ ਕਿਹੜੀ ਸਬਜ਼ੀਆਂ ਦੇ ਰੇਟ ਵੱਧ ਗਏ ਨੇ ਸਾਰ ਸਬਜ਼ੀ ਨੇ ਕੋਈ ਸਬਜ਼ੀ ਨਹੀਂ ਜਿਹੜੀ ਤੋਰੀ ਕੀ ਹੈ ਤੋਰੀ ਨੂੰ ਕੋਈ ਨਹੀਂ ਪਹੁੰਚਦਾ 50 ਰੁਪਏ ਕਿਲੋ ਬੈਂਗਣ ਜਿਹੜੇ ਕਦੇ ਨਹੀਂ ਖਾਂਦੇ ਅੰਦਰੇ 50 ਰੁਪਏ ਕਿਲੋ ਠੀਕ ਹੈ ਆਲੂ 50 ਰੁਪਏ ਕਿਲੋ ਹਰੀ ਮਿਰਚ 60-70 ਰੁਪਏ ਕਿਲੋ ਧਨੀਆ ਮਿਲਦਾ ਨਹੀਂ ਉਹਦਾ ਖੁੰਬਾ 80 ਰੁਪਏ ਕਿਲੋ ਦਾ 80 ਰੁਪਏ ਦਾ ਪੈਕਟ ਹੈ ਕਿੰਨਾ ਜਿੰਨਾ ਹਰ ਸਬਜ਼ੀ ਗੋਭੀ 150 ਰੁਪਏ ਕਿਲੋ ਹਰ ਚੀਜ਼ ਇੰਨੀ ਅੱਗ ਲੱਗੀ ਪਈ ਹੈ ਨਾ ਮੈਂ ਕਹਿੰਦੀ ਬਹੁਤ ਜ਼ਿਆਦਾ ਹੈ ਨਾ ਗਰੀਬ ਖਾਓ ਕੀ ਅਤੇ ਗਰੀਬ ਕਮਾਓ ਕੀ ਅਤੇ ਗਰੀਬ ਰੱਖੂ ਕੀ ਇਹ ਕਰੋਨਾ ਨੇ ਸਾਨੂੰ ਉਹ ਦੰਡ ਲਾਈ ਹੈ ਨਾ ਪੁੱਛੋ ਨਾ ਕੁਝ ਵੀ ਸਿਆਪਾ ਪਾਇਆ ਪੂਰੀ ਮੰਡੀ ਦੇ ਵਿੱਚ ਜਿੱਦਾਂ ਕਿ ਅੱਜ ਦੇ ਰੇਟ ਇੰਨੇ ਵੱਧ ਗਏ ਨੇ ਸਬਜ਼ੀਆਂ ਦੇ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਇਹਦੇ ਪਿੱਛੇ ਤਾਂ ਮੈਨੂੰ ਤਾਂ ਲੱਗਦਾ ਇਹੋ ਹੀ ਕਾਰਨ ਹੋ ਸਕਦਾ ਵਾ ਕਿ ਇੱਕ ਤਾਂ ਸਭ ਤੋਂ ਪਹਿਲਾਂ ਇੱਕ ਤਾਂ ਮਜਬੂਰੀ ਆ ਬਦਲੇ ਬੰਦੇ ਦੀ ਕਿ ਸਬਜ਼ੀਆਂ ਤਾਂ ਹਰ ਇੱਕ ਨੇ ਖਾਣੀਆਂ ਨਾ ਹੁਣ ਜਿਹੜੀ ਸਪਲਾਈ ਆ ਉਹ ਹੁਣ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਦੀ ਹੋਣ ਦੀ ਆ ਕਿਸਾਨ ਪੂਰਾ ਲਿਆ ਪਾ ਰਹੇ ਨਹੀਂ ਪਾ ਰਹੇ ਸਬਜ਼ੀਆਂ ਵੈਜੀਟੇਬਲ ਮੇਨ ਮੰਡੀ ਤੱਕ ਅਤੇ ਉਹ ਤੋਂ ਬਾਅਦ ਵਿੱਚ ਇਹ ਵੀ ਹੋ ਸਕਦਾ ਕਿ ਇਸ ਚੀਜ਼ ਦਾ ਫਾਇਦਾ ਕਿਤੇ ਮੀਡੀਓਕਰ ਵੀ ਉਠਾਉਂਦੇ ਹੋਣ ਕਿਉਂਕਿ ਇਹਦੀ ਕਲੈਰਿਟੀ ਜਿਹੜਾ ਵਾ ਕੰਜ਼ਿਊਮਰ ਨੂੰ ਤਾਂ ਪਤਾ ਨਹੀਂ ਹੈ ਨਾ ਕੰਜ਼ਿਊਮਰ ਨੇ ਤਾਂ ਸਿਰਫ ਸਬਜ਼ੀ ਲੈਣੀ ਉਹਨੇ ਜੋ ਵੀ ਰੇਟ ਹੋ ਹੁਣ ਜਿਸ ਤਰ੍ਹਾਂ ਮੈਂ ਅੱਜ ਸਬਜ਼ੀ ਲੈਣ ਆਇਆ ਇਹਨਾਂ ਭਾਵੇਂ 50 ਰੁਪਏ ਲਾਇਆ ਜਾਂ 60 ਰੁਪਏ ਲਾਇਆ ਮੈਨੂੰ ਤਾਂ ਲੈਣੇ ਪੈਣੇ ਮੈਂ ਪਿੱਛੋਂ ਤਾਂ ਚੈੱਕ ਨਹੀਂ ਕਰ ਸਕਦਾ ਠੀਕ ਆ ਮੈਨੂੰ ਲੱਗਦਾ ਕਿ ਇਹਦੇ 2 ਕਾਰਨ ਹੋ ਸਕਦੇ ਜਾਂ ਤਾਂ ਜਿਹੜੇ ਵਿੱਚ ਮੀਡੀਓਕਰ ਨੇ ਉਹ ਕਿਤੇ ਨਾ ਕਿਤੇ ਉਸ ਚੀਜ਼ ਦਾ ਫਾਇਦਾ ਉਠਾ ਰਹੇ ਨੇ ਇਸ ਸਿਚੁਏਸ਼ਨ ਦਾ ਉਹਦਾ ਬਹਾਨਾ ਵੀ ਬਣਾ ਸਕਦੇ ਨੇ ਹੋ ਸਕਦਾ ਕਿ ਉਹ ਮਜਬੂਰ ਵੀ ਹੋਣ ਕਿ ਪਿੱਛੋਂ ਸਪਲਾਈ ਵੀ ਪੂਰੀ ਨਾ ਆ ਰਹੀ ਹੋਏ ਮੇਰੇ ਹਿਸਾਬ 'ਚ ਤਾਂ 2 ਹੀ ਰੀਜ਼ਨ ਹੋ ਸਕਦੇ ਨੇ ਠੀਕ ਆ ਜੀ ਔਰ ਇਹਦਾ ਅਲਟੀਮੇਟਲੀ ਨੁਕਸਾਨ ਜਿਹੜਾ ਉਹ ਕੰਜ਼ਿਊਮਰ ਨੂੰ ਆ ਇਹਦੇ ਹੁਣ ਸਾਨੂੰ ਜਿੱਥੇ ਅਸੀਂ ਕੋਈ ਹਫ਼ਤੇ ਦੀ ਜਿਹੜੀ ਸਬਜ਼ੀ ਉਹ 700-800 ਵਿੱਚ ਜਾਂ 500 ਰੁਪਏ 'ਚ ਲੈ ਲੈਂਦੇ ਸੀ ਹੁਣ ਇਹ 1000 ਰੁਪਏ ਤੱਕ ਚਲੀ ਜਾਂਦੀ ਆ 1200 ਤੱਕ ਚਲੀ ਜਾਂਦੀ ਆ ਅਤੇ ਇਹ ਸਾਡੀ ਪ੍ਰੋਬਲਮ ਹੀ ਆ ਜੀ ਸਬਜ਼ੀਆਂ ਦੇ ਰੇਟ ਵੱਧ ਗਏ ਨੇ ਤੁਸੀਂ ਕਿੱਦਾਂ ਮੈਨੇਜ ਕਰ ਰਹੇ ਹੋ ਬਹੁਤ ਮੁਸ਼ਕਿਲ ਹੈ ਘਰ ਦਾ ਖਰਚਾ ਕਰਨਾ ਤਾਂ ਬਹੁਤ ਹੀ ਮੁਸ਼ਕਿਲ ਹੋਇਆ ਵਾ ਯਹਾਂ ਤੱਕ ਕਿ ਤਨਖਾਹਾਂ ਵੀ ਨਹੀਂ ਮਿਲ ਰਹੀ ਤਾਂ ਹਮ ਨਾ ਜਾਣੇ ਕੈਸੇ ਹੀ ਗੁਜ਼ਾਰਾ ਕਰ ਰਹੇ ਆਪਣੇ ਘਰ ਦਾ ਥੋੜ੍ਹੀ ਸੀ ਮਨੀ ਹੈ ਉਸੀ ਮੇ ਸੇ ਕਰ ਰਹੇ ਔਰ ਕਿਆ ਕਰ ਸਕਦੇ ਹਾਂ ਦੇਖੋ ਪੇਟ ਤੋਂ ਪਾਲਣਾ ਹੈ ਨਾ ਹੈ ਨਾ ਆ ਮਹਿੰਗਾਈ ਇਤਨੀ ਹੈ ਹਮ ਕਿਸ ਕੋ ਬੋਲੇ ਕੋਈ ਸੁਣਤਾ ਹੀ ਨਹੀਂ ਗੌਰਮੈਂਟ ਵੀ ਕਹਾਂ ਸੁਣਤੀ ਕੋਈ ਵੀ ਨਹੀਂ ਸੁਣਤਾ ਆਪਕੋ ਕਿਆ ਲੱਗਦਾ ਸਬਜ਼ੀਆਂ ਦਾ ਰੇਟ ਬੜਨੇ ਦਾ ਮੇਨ ਕਾਰਨ ਕਿਆ ਹੈ ਮੇਨ ਕੀ ਕਾਰਨ ਇਹ ਕਰੋਨਾ ਦੀ ਵਜ੍ਹਾ ਸੇ ਹੋਇਆ ਕੁਛ ਚਾਰੋਂ ਪਾਸੇ ਬੰਦ ਹੈ ਕੁਛ ਬਾੜ ਆਈ ਹੋਈ ਹੈ ਕਿਸੇ ਇਲਾਕੇ ਮੇਂ ਜਹਾਂ ਸੇ ਸਬਜ਼ੀਆਂ ਆਤੀ ਹੈ ਯਹੀ ਪ੍ਰੋਬਲਮ ਹੈ ਸਬਜ਼ੀ ਜਿਹੜੀ ਆ ਆਮ ਲੋਕਾਂ ਦੇ ਵੱਸ ਦਾ ਰੋਗ ਨਹੀਂ ਹੈਗਾ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਚਲੇ ਗਿਆ ਵਾ ਆਮ ਬੰਦੇ ਦੀ ਰੋਟੀ ਜਿਹੜੀ ਆ ਉਹ ਕਿੱਕਰ 'ਤੇ ਟੰਗੀ ਹੋਈ ਆ ਲੋਕਾਂ ਤੱਕ ਲੋਕਾਂ ਕੋਲ ਕੰਮ ਕਾਰ ਵੀ ਹੈ ਨਹੀਂ ਉੱਤੇ ਸਰਕਾਰ ਦਾ ਪ੍ਰੈਸ਼ਰ ਆ ਸਰਕਾਰ ਨੇ ਪੁਲਿਸ ਨੂੰ ਇੰਨੀਆਂ ਪ੍ਰੈਕਸ਼ਨਾਂ ਦੇ ਦਿੱਤੀਆਂ ਕਿ ਮਾੜਾ ਬੰਦਾ ਜਿਹੜਾ ਉਹ ਰੋਟੀ ਖਾ ਨਹੀਂ ਸਕਦਾ ਗਾ ਆਪਣਾ ਕੰਮ ਕਾਰ ਨਹੀਂ ਕਰ ਸਕਦਾ ਮੇਰਾ ਜਮਸ਼ੇਰ ਦੇ ਵਿੱਚ ਮੈਂ ਕੈਟਰਿੰਗ ਦਾ ਕੰਮ ਕਰਦਾ ਹਲਵਾਈ ਦਾ ਨਾਲ ਮੇਰਾ ਬਰਗਰਾਂ ਦਾ ਵੀ ਕੰਮ ਹੈਗਾ ਮੈਂ ਲਾਉਂਦਾ 6:30 ਵਜੇ
पुलिस लोगों ते डंडा बनाती है, लोगों को काम नहीं करन दिंदी। उस तो बाद की हुंदा वा जे माड़ा मोटा लोग चक के लोगों को पैसे लेके काम करता बंदा, तो लोग इन्ने करजाई हो चुके हैं, रोटी जिहड़ी आ कमाउणी बहुत मुश्किल हो गई आ लोगों की पहुँच तो बाद। अजकल सब्जियां दे की रेट चल रहे ने? सब्जियां रेट तो अगे नालों काफ़ी महंगे ने, क्योंकि थोड़ी बरसात करके सब्जी बहुत घट आ रही है, इस करके महंगे ने। ते केड़ी केड़ी सब्जियां सब तो ज़्यादा विक रही ने? ज़्यादा इन्नी नहीं विक रही, क्योंकि लोग इन्ना खरीद नहीं सकते, क्योंकि अजकल लॉकडाउन करके लोगों को पता पैसे पुसे नहीं भी थोड़ा चक्कर है। तो गोभी जिदा हूँ 100 रुपये किलो गोभी है, मटर है 150 रुपये किलो है, टमाटर 50-60 रुपये किलो है, शिमला मिर्च है 70-60-70 रुपये किलो शिमला मिर्च हैगी है, बैंगन है 40 रुपये किलो है, भिंडी 40 रुपये है, अपना रामा तोरी 40 है, घिया 40 है, इन्ना मतलब अफोर्ड करना बड़ी केड़ा सौखा पे। तुहानू की लगता पहले नालों ते हुण दे नालों रेट च किन्ना क फर्क पै गया है? बहुत फर्क पै गया सर, पहले दुकाना साडियां भरिया हुंदियां सीगियां, हुण अजकल 4 आइटमां ला के बैठे होंने असीं, पता नहीं क्यों इन्ना रेट क्यों वधा रहे, गवर्नमेंट कुछ समझ नहीं आ रही हैगी सानू। आम आदमी ने अजकल उद्दी मंदी दे तौर चलन दिया हैगा, तो उपरों दी सब्जियां रेट वधा के कोई भी सब्जी 40-50 रुपये किलो तो घट है ही नहीं गी, गरीब बंदा की खाऊगा। प्याज हुण हैगा, प्याज महंगे हो रहे, आलू महंगे हो रहे, जिहड़ी आम चीज़ हैगी की करिए दसो। पहले दुकाना साहब दियां भरियां हुंदियां जी सब्जी नाल, जी सस्ती हुंदी हर एक बंदा खुश होकर लै जांदा, हुण दुकाना भी नहीं हैगियां, वो माल उधर मिल नहीं रहा सब्जी का, पिछों दी बहुत बुरा हाल है सर। भाई पिछे पैदावार है नहीं खत्ता, जो तो सब्जी आप ही महंगी होनी है, पहली गल तो एक बंदा 4 क्रेट है कि 10 बंदे लेना लगे तो बोलिया पा के सोता ले रहे, दुकानदार हर एक बंदे ने करनी होंगी रोटी, हर एक बंदे ने खानी होंगी है जी, इस करके सोते बरसात करके सोते सारे महंगे हुए पे है, पैदावार है नहीं कई चीज़ की। तो तुम लॉकडाउन कि मैनेज कर रहे हो, खर्चे वगैरह कि मैनेज कर रहे हो? बस चल जा रहा माड़ा मोटा दाल फुलका जी, माड़ा मोटा साड़ा लॉकडाउन पूरा बंद ही 3 महीने पूरा लॉकडाउन बंद से बंद किया, निके ने नौकरी लगे वो भी छड़ के कम पैसा तनखा में कुछ मिल नहीं रहा, हूँ माड़ा मोटा जाकर सैटिंग हुई माड़ी मोटी काम काज की थोड़ी बारी, चलो दाल फुलका चल रहा है रोटी खाने घर से। ये सके लोगों के विचार सब्जियां लैके वधदी कीमतों लैके। मैं अभिनव कैमरामैन चिराग के नाल सांझा मुद्दा।